ਮੈਂ ਐਡਵਾਂਸ ਫੈਸ਼ਨ ਅਕੈਡਮੀ ਨਵਾਂਸ਼ਹਿਰ ਤੋਂ ਪ੍ਰੀਤ ਮੈਡਮ। ਮੈਂ ਅੱਜ ਤੁਹਾਨੂੰ ਦੱਸੂੰਗੀ ਕਿ ਫੈਸ਼ਨ ਡਿਜ਼ਾਇਨਿੰਗ ਦੀ ਸਾਡੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਆ, ਸਾਨੂੰ ਫੈਸ਼ਨ ਡਿਜ਼ਾਇਨਿੰਗ ਕਿਉਂ ਸਿੱਖਣੀ ਚਾਹੀਦੀ ਆ। ਫੈਸ਼ਨ ਡਿਜ਼ਾਇਨਿੰਗ ਸਿੱਖਣ ਦੇ ਨਾਲ ਇੱਕ ਤਾਂ ਅਸੀਂ ਆਪਣੇ ਘਰ ਬੈਠੇ ਜਿੱਦਾਂ ਗਰਲਸ ਅੱਜ ਕੱਲ੍ਹ ਦੀ ਹਨਾ ਸਟੱਡੀ ਨਾਲ ਨਾਲ ਕਰਦੀਆਂ, ਨਾਲ ਨਾਲ ਉਹ ਫੈਸ਼ਨ ਡਿਜ਼ਾਇਨਿੰਗ ਸਿੱਖ ਸਕਦੀਆਂ। ਫੈਸ਼ਨ ਡਿਜ਼ਾਇਨਿੰਗ ਸਿੱਖਣ ਦੇ ਨਾਲ ਕੀ ਹੁੰਦਾ ਵਾ, ਫੈਸ਼ਨ ਡਿਜ਼ਾਇਨਿੰਗ ਸਿੱਖਣ ਦੇ ਨਾਲ ਕੀ ਹੁੰਦਾ, ਇੱਕ ਤਾਂ ਅਸੀਂ ਹਨਾ ਆਪਣੀ ਜਿੱਦਾਂ ਸਟੱਡੀ ਕਰਦੇ ਹਾਂ ਉਹਦੇ ਨਾਲ ਅਸੀਂ ਆਪਣਾ ਘਰ ਬੈਠੇ ਕੱਪੜੇ ਵਗੈਰਾ ਸਟਿਚਿੰਗ ਕਰਕੇ ਅਸੀਂ ਸਿਲਾਈ ਆਪਣੀ ਖੁਦ ਫੀਸ ਵਗੈਰਾ ਨਿਕਾਲ ਸਕਦੇ ਹਾਂ। ਦੂਸਰਾ ਅਸੀਂ ਜੇ ਸਾਨੂੰ ਡਿਫਰੈਂਟ ਡਿਫਰੈਂਟ ਸਟਾਈਲ ਦੇ ਕੱਪੜੇ ਸਟਿਚ ਕਰਨੇ ਆਉਂਦੇ ਹੋਊਗੇ ਤਾਂ ਅਸੀਂ ਆਪਣੀ ਜਿੱਦਾਂ ਆਪ ਖੁਦ ਆਪਣੀਆਂ ਡਰੈਸਿਸ ਸਟਿਚ ਕਰਕੇ ਅਸੀਂ ਕਿਸੇ ਦੇ ਸਾਹਮਣੇ ਜਦੋਂ ਜਾਣਾ ਹੋਵੇ ਤਾਂ ਅਸੀਂ ਆਪਣੀ ਬੋਡੀ ਲੈਂਗੁਏਜ ਨੂੰ ਇੱਕ ਅੱਛੀ ਡਰੈਸ ਪਾ ਕੇ ਉਹਨਾਂ ਦੇ ਸਾਹਮਣੇ ਬਹੁਤ ਅੱਛੇ ਵਧੀਆ ਢੰਗ ਦੇ ਨਾਲ ਉਹਨਾਂ ਆਪਣੇ ਆਪ ਨੂੰ ਪੇਸ਼ ਕਰ ਸਕਦੇ ਹਾਂ। ਦੂਸਰਾ ਸਾਡੀ ਅਕੈਡਮੀ ਦੇ ਵਿੱਚ ਬੱਚਿਆਂ ਨੂੰ 3 ਮੰਥ 6 ਮੰਥ ਐਂਡ 1 ਈਅਰ ਦਾ ਕੋਰਸ ਬਹੁਤ ਹੀ ਵਧੀਆ ਢੰਗ ਦੇ ਨਾਲ ਫੈਸ਼ਨ ਡਿਜ਼ਾਇਨਿੰਗ ਦਾ ਸਿਖਾਇਆ ਜਾਂਦਾ। ਫੈਸ਼ਨ ਡਿਜ਼ਾਇਨਿੰਗ ਦੇ ਵਿੱਚ ਕੀ ਹੁੰਦਾ ਕਿ ਬੱਚਾ ਸਭ ਤੋਂ ਪਹਿਲਾਂ ਸਾਡੇ ਕੋਲ ਅਸੀਂ ਬੱਚਿਆਂ ਨੂੰ ਜਿਹੜਾ ਸਰਟੀਫਿਕੇਟ ਆ ISO ਅੰਡਰ ਸਰਟੀਫਿਕੇਟ ਦਿੰਦੇ ਹਾਂ। ਇਹਨਾਂ ਸਾਡਾ ਸਰਟੀਫਿਕੇਟ ਹਰ ਜਗ੍ਹਾ ਤੇ ਵੈਲਿਡ ਹੁੰਦਾ ਵਾ। ਜਿੱਦਾਂ ਬੱਚੇ ਨੇ ਕੱਲ ਨੂੰ ਫੋਰਨ ਜਾਣਾ ਹੋਵੇ ਤਾਂ ਉਹਦੇ ਵਿੱਚ ਵੀ ਸਾਡੇ ਫੈਸ਼ਨ ਡਿਜ਼ਾਇਨਿੰਗ ਸਰਟੀਫਿਕੇਟ ਦੀ ਬਹੁਤ ਇੰਪੋਰਟੈਂਸ ਆ। 6 ਮੰਥ ਦੇ ਵਿੱਚ ਤੁਸੀਂ ਕੀ ਕੀ ਕਰਾਉਂਦੇ ਹੋ? 6 ਮੰਥ ਦੇ ਵਿੱਚ ਸਰ ਸਾਡੇ ਕੋਲ ਸਟਿਚਿੰਗ, ਇੰਬਰਾਇਡਰੀ ਐਂਡ ਜਿਹੜੀਆਂ ਫਾਈਲਸ ਆ ਫਾਈਲ ਵਰਕ ਕਰਵਾਉਂਦੇ ਆ, ਪੇਂਟ ਵੀ ਨਾਲ ਆ ਜਾਂਦਾ। ਪੇਂਟ ਓਨਲੀ ਬੇਸਿਕ ਆਉਂਦਾ ਵਾ, ਬਾਕੀ 6 ਮੰਥ ਦੇ ਵਿੱਚ ਅਸੀਂ ਜਿਹੜਾ ਬੋਟਮ ਸਟਾਈਲ ਹੈਗੇ ਆ ਲਹਿੰਗੇ, ਗਰਾਰੇ, ਸ਼ਰਾਰੇ, ਇਹ ਸਾਰਾ ਕੁਝ ਬੱਚਿਆਂ ਨੂੰ ਦੱਸਿਆ ਜਾਂਦਾ। ਤੁਹਾਨੂੰ ਕਿੰਨੀ ਦੇਰ ਹੋ ਗਈ ਫੈਸ਼ਨ ਡਿਜ਼ਾਇਨਿੰਗ ਸਿਖਾਉਂਦੇ? ਸਰ ਮੈਨੂੰ 15 ਸਾਲ ਹੋ ਗਏ ਫੈਸ਼ਨ ਡਿਜ਼ਾਇਨਿੰਗ ਬੱਚਿਆਂ ਨੂੰ ਕਰਵਾਉਂਦੇ। ਤੁਹਾਡੇ ਕੋਲੋਂ ਬੱਚਿਆਂ ਨੇ ਸਿੱਖ ਕੇ ਅੱਗੇ ਕਿੰਨੀਆਂ ਨਾ ਸ਼ੌਪ ਵੀ ਖੋਲ੍ਹੀ ਹੋਣੀ? ਹਾਂਜੀ, ਬੱਚੇ ਬਹੁਤ ਵਧੀਆ ਆਪਣਾ ਬੁਟੀਕ ਅੱਗੋਂ ਖੋਲ੍ਹਦੇ ਆ, ਜਾਂ ਫਿਰ ਬਹੁਤ ਬੱਚੇ ਬਾਹਰ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਆਪਣਾ ਉੱਥੇ ਵੀ ਕਰ ਰਹੇ ਆ ਕੰਮ, ਫੈਸ਼ਨ ਡਿਜ਼ਾਇਨਿੰਗ ਦੇ ਵਿੱਚ ਆਪਣਾ ਕਰੀਅਰ ਬਣਾ ਰਹੇ ਆ। ਇਸ ਤਰ੍ਹਾਂ ਦੀ ਜਿੱਦਾਂ ਪ੍ਰੀਤ ਮੈਡਮ, ਉਹਨਾਂ ਦਾ ਬਹੁਤ ਅੱਛਾ ਤਜਰਬਾ ਹੈ, ਬੜੀ ਵਾਜਬ ਫੀਸ ਹੈ। ਅਗਰ ਕਿਸੇ ਵੀ ਲੜਕੀ ਨੇ ਫੈਸ਼ਨ ਡਿਜ਼ਾਇਨਿੰਗ ਦਾ ਕੋਰਸ ਕਰਨਾ ਹੋਵੇ ਤੇ ਐਡਵਾਂਸ ਫੈਸ਼ਨ ਅਕੈਡਮੀ ਆਪਰੇਟ ਸ਼ਾਹਬੁਖ ਡਿਪੂ ਤੇ ਪ੍ਰੀਤ ਮੈਡਮ ਨੂੰ ਮਿਲ ਸਕਦਾ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਣਾ ਕੋਰਸ ਕੰਪਲੀਟ ਕਰ ਸਕਦਾ। ਥੈਂਕਸ।